ਵੀਰੇ ਸਾਰੀ ਦਰਸ਼ਕਾਂ ਦਾ ਜੀ ਸਵਾਗਤ ਕਰਦੇ ਹਾਂ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਸੂਬੇ ਪੰਜਾਬ ਦੇ ਮੌਸਮ ਬਾਰੇ। ਦੇਖਾਂਗੇ ਅਗਲੇ ਦਿਨਾਂ ਵਿੱਚ ਮੌਸਮ ਕਿੱਦਾਂ ਦਾ ਰਹਿ ਸਕਦਾ, ਜੋ ਵੀ ਤਾਜ਼ਾ ਅਪਡੇਟਾਂ ਆਪਾਂ ਨੂੰ ਮੌਸਮ ਦੇ ਬਾਰੇ ਮਿਲੀਆਂ ਨੇ ਅੱਜ ਦੀ ਇਸ ਵੀਡੀਓ 'ਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ, ਜੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ, ਹਜੇ ਤੱਕ ਜੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ, ਤਾਂ ਕਿ ਆਉਣ ਵਾਲੇ ਹਰ ਇੱਕ ਦਿਨ ਦੇ ਮੌਸਮ ਦੀ ਜਾਣਕਾਰੀ ਆਪਾਂ ਇਸੇ ਤਰੀਕੇ ਦੇ ਨਾਲ ਤੁਹਾਡੇ ਤੱਕ ਪਹੁੰਚਾ ਸਕੀਏ। ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਸਭ ਤੋਂ ਪਹਿਲਾਂ ਦੇਖ ਲਓ ਪੰਜਾਬ ਦੀਆਂ ਲਾਈਵ ਸੈਟੇਲਾਈਟ ਤਸਵੀਰਾਂ। ਤਸਵੀਰਾਂ ਵਿੱਚ ਦੇਖ ਹੀ ਸਕਦੇ ਹੋ ਕਿ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਸਾਫ਼ ਬਣਿਆ ਹੋਇਆ, ਕੁਝ ਕੁ ਇਲਾਕਿਆਂ ਦੇ ਵਿੱਚ ਹਲਕੀ ਫੁਲਕੀ ਬੱਦਲਬਾਈ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਆ, ਪਰ ਇਸਦਾ ਕੋਈ ਬਹੁਤਾ ਵੱਡਾ ਪ੍ਰਭਾਵ ਪੰਜਾਬ ਦੇ ਮੌਸਮ ਉੱਤੇ ਨਹੀਂ ਪੈਣ ਵਾਲਾ। ਜੇ ਗੱਲ ਕੀਤੀ ਜਾਵੇ ਆਉਣ ਵਾਲੇ ਦਿਨਾਂ ਦੇ ਮੌਸਮ ਦੇ ਬਾਰੇ, ਆਉਣ ਵਾਲੇ ਘੰਟਿਆਂ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅੱਜ ਸ਼ਾਮ ਤੱਕ ਕੁਝ ਕੁ ਥਾਵਾਂ ਦੇ ਉੱਤੇ ਹਲਕੀ ਫੁਲਕੀ ਬੱਦਲਬਾਈ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ, ਖਾਸ ਕਰ ਪੰਜਾਬ ਦਾ ਜਿਹੜਾ ਉਹ ਇਲਾਕਾ ਜਿਹੜਾ ਕਿ ਹਰਿਆਣੇ ਦੇ ਨੇੜੇ ਲੱਗਦਾ, ਰਾਜਸਥਾਨ ਦੇ ਨੇੜੇ ਰਹਿ ਜਾਂਦਾ, ਜਾਣੀ ਕਿ ਮਾਲਵੇ ਦੇ ਇਲਾਕੇ ਹੋ ਗਏ, ਇਹਨਾਂ ਇਲਾਕਿਆਂ ਵਿੱਚ ਹਲਕੀ ਫੁਲਕੀ ਬੱਦਲਬਾਈ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ, ਜਾਣੀ ਕਿ ਅੱਜ ਮੌਸਮ ਦੇ ਵਿੱਚ ਹਲਚਲ ਆਉਣੀ ਸ਼ੁਰੂ ਹੋ ਸਕਦੀ ਹੈ, ਪਰ ਮੀਂਹ ਕਣੀ ਤੋਂ ਅੱਜ ਰਾਹਤ ਪੰਜਾਬ ਦੇ ਲੋਕਾਂ ਨੂੰ ਜਾਰੀ ਰਹੇਗੀ। ਜੇ ਗੱਲ ਕੀਤੀ ਜਾਵੇ 11 ਜੂਨ ਦੇ ਮੌਸਮ ਬਾਰੇ, 11 ਜੂਨ ਨੂੰ ਪੰਜਾਬ ਵਿੱਚ ਬੱਦਲਬਾਈ ਦਾ ਜਿਹੜਾ ਦੌਰ ਆ ਉਹ ਥੋੜ੍ਹਾ ਜਿਹਾ ਵੱਧ ਜਾਵੇਗਾ, ਪੰਜਾਬ ਦੇ ਕੁਝ ਜ਼ਿਆਦਾ ਹਿੱਸਿਆਂ ਵਿੱਚ ਆਪਾਂ ਨੂੰ ਬੱਦਲਬਾਈ ਦੇਖਣ ਨੂੰ ਮਿਲੇਗੀ, ਅਤੇ ਕੁਝ ਕੁ ਥਾਵਾਂ ਉੱਤੇ ਹਲਕੇ ਫੁਲਕੇ ਮੀਂਹ ਦੇ ਅਸਾਰ ਵੀ 11 ਜੂਨ ਨੂੰ ਬਣਦੇ ਹੋਏ ਦਿਖਾਈ ਦੇ ਰਹੇ ਹਨ। ਐਤਵਾਰ ਨੂੰ ਪੰਜਾਬ ਵਿੱਚ ਮੀਂਹ ਦੇ ਜਿਹੜੇ ਥੋੜ੍ਹੇ ਮੋਟੇ ਅਸਾਰ ਨੇ ਕੁਝ ਕੁ ਭਾਗਾਂ ਵਿੱਚ ਬਣੇ ਹੋਏ ਨੇ। ਉਸ ਤੋਂ ਬਾਅਦ ਜਿਵੇਂ ਜਿਵੇਂ ਦਿਨ ਅੱਗੇ ਵਧਣਗੇ, ਜਾਣੀ ਕਿ 12 ਅਤੇ 13 ਜੂਨ ਦੇ ਮੌਸਮ ਦੀ ਗੱਲ ਕੀਤੀ ਜਾਵੇ, ਪੰਜਾਬ ਵਿੱਚ ਮੀਂਹ ਦੇ ਅਸਾਰ ਵੀ ਵੱਧ ਜਾਣਗੇ, ਹਲਕੇ ਤੋਂ ਦਰਮਿਆਨੇ ਵੀ ਪੰਜਾਬ ਦੇ ਵਿੱਚ ਦਰਜ ਕੀਤੇ ਜਾ ਸਕਦੇ ਆ। 12 ਅਤੇ 13 ਜੂਨ ਨੂੰ ਗਰਜ ਚਮਕ ਦਾ ਅਲਰਟ ਵੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ। ਉਸ ਤੋਂ ਬਾਅਦ ਜਿਹੜੀ ਅਸਲੀ ਪੰਜਾਬ ਦੇ ਮੌਸਮ ਵਿੱਚ ਹਲਚਲ ਆਉਣੀ ਹੈ ਉਹ 14 ਜੂਨ ਤੋਂ ਹੀ ਆਉਣੀ ਹੈ। 14 ਜੂਨ, 15 ਜੂਨ ਇਹਨਾਂ ਦੋਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਕਈ ਭਾਗਾਂ ਵਿੱਚ ਆਪਾਂ ਨੂੰ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦੇ ਆ, ਤਾਬੜ ਤੋੜ ਤੇਜ਼ ਮੀਂਹਾਂ ਦੀ ਬੁਛਾਰ ਪੰਜਾਬ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗੀ, ਕਿਉਂਕਿ ਸਿਸਟਮ ਕਈ ਤਕੜੇ ਆ ਰਹੇ ਨੇ। ਇੱਕ ਤਾਂ ਪਹਿਲਾਂ ਅਰਬ ਸਾਗਰ ਦੇ ਵਿੱਚ ਜਿਹੜਾ ਚੱਕਰਵਾਤੀ ਤੂਫਾਨ ਬਣਿਆ ਹੋਇਆ ਉਸਦੀ ਨਮੀ ਪੰਜਾਬ ਵਿੱਚ ਪਹੁੰਚਣੀ ਸ਼ੁਰੂ ਹੋ ਸਕਦੀ ਹੈ, ਅਤੇ ਨਾਲ ਦੀ ਨਾਲ ਇੱਕ ਪੱਛਮੀ ਸਿਸਟਮ ਵੀ ਪੰਜਾਬ ਵੱਲ ਵੱਧ ਰਿਹਾ। ਇਹ ਦੋਨੇ ਕੁਝ ਮਿਲ ਕੇ ਪੰਜਾਬ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰ ਸਕਦੇ ਆ। ਬਾਕੀ ਹੋਰ ਕੋਈ ਵੀ ਤਾਜ਼ਾ ਅਪਡੇਟ ਆਵੇਗੀ ਆਪਾਂ ਚੈਨਲ 'ਤੇ ਸ਼ੇਅਰ ਕਰਦੇ ਰਹਾਂਗੇ, ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਰੱਖ ਸਕਦੇ ਹੋ। ਧੰਨਵਾਦ ਜੀ ਸਾਰਿਆਂ ਦਾ।